ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਹਾਂ ਜੀ ਨਵਾਂ ਨੋਟੀਫਿਕੇਸ਼ਨ ਸਟਾਫ ਨਰਸ ਦੀਆਂ ਵੈਕੈਂਸੀਆਂ ਨਿਕਲੀਆਂ ਨੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜੀ ਜਿਹੜੇ ਵੀ ਸਟੂਡੈਂਟ ਜਾਂ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲੈਣ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਨਾਲ ਦੀ ਨਾਲ ਡਿਸਕ੍ਰਿਪਸ਼ਨ ਵਿੱਚ ਆਪਣੇ ਟੈਲੀਗ੍ਰam ਤੇ ਇੰਸਟਾਗ੍ਰam ਚੈਨਲਾਂ ਦੇ ਲਿੰਕ ਨੇ ਉਹਨਾਂ ਨੂੰ ਵੀ ਜ਼ਰੂਰ ਜੁਆਇਨ ਤੇ ਫਾਲੋ ਕਰ ਲਵੋ ਚੈਨਲ ਦੇ ਉੱਤੇ ਆਪਾਂ ਐਗਜ਼ਾਮ ਪ੍ਰੈਪਰੇਸ਼ਨ ਜੌਬ ਨੋਟੀਫਿਕੇਸ਼ਨ ਅਤੇ ਹਰ ਤਰ੍ਹਾਂ ਦੀ ਇੰਪੋਰਟੈਂਟ ਇਨਫੋਰਮੇਸ਼ਨ ਡਿਸਕਸ ਕਰਦੇ ਹਾਂ ਸਪੈਸ਼ਲੀ ਨਰਸਿੰਗ ਐਂਡ ਮੈਡੀਕਲ ਫੀਲਡ ਵਾਲੇ ਬੱਚਿਆਂ ਲਈ ਸੋ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਅੱਜ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ हां जी ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਆਪਾਂ ਪਹੁੰਚ ਗਏ ਆ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਦੋ ਨੋਟੀਫਿਕੇਸ਼ਨ ਜਾਰੀ ਹੋਏ ਨੇ ਜੀ ਵਾਕ ਇਨ ਇੰਟਰਵਿਊ ਦਾ ਪੋਸਟ ਆਫ ਮੇਲ ਨਰਸ ਠੀਕ ਹੈ ਜੀ ਇਹ ਨੋਟੀਫਿਕੇਸ਼ਨ ਕੱਢਿਆ ਗਿਆ ਵਾ ਜੀ ਐਪਲੀਕੇਸ਼ਨਸ ਆਰ ਇਨਵਾਈਟਡ ਫ্রম 엘ਿਜੀਬਲ ਕੈਂਡੀਡੇਟਸ ਫॉर द ਪੋਸਟ ਆਫ ਮੇਲ ਨਰਸ ਪਿਓਰਲੀ ਔਨ ਲੋਕਮ ਬੇਸਿਸ ਠੀਕ ਹੈ ਜੀ ਕੈਂਡੀਡੇਟ ਮੀਟਿੰਗ ਐਟ ਫੋਲੋਇੰਗ ਕੁਆਲੀਫਿਕੇਸ਼ਨ ਮੇ ਫਾਰਵਰਡ देयर ਐਪਲੀਕੇਸ਼ਨ ਟੂ ਈਮੇਲ ਆਈਡੀ AC mail ID ਤੇ ਤੁਸੀਂ ਆਪਣੇ ડોક્યુમેન્ટ ਤੇ ਰੈਜ਼ਿਊਮ ਸੈਂਡ ਕਰਨਾ ਹੋਊਗਾ ਲਾਸਟ ਡੇਟ ਆ ਜੀ 19/3/2022 ਕੁਆਲਿਫੀਕੇਸ਼ਨ ਕੀ ਕੀ ਮੰਗੀ ਗਈ ਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਆ ਦੇਖੋ ਜੀ 12th ਸਟੈਂਡਰਡ ਐਂਡ ਡਿਪਲੋਮਾ ਇਨ ਨਰਸਿੰਗ ਐਂਡ ਮਿਡਵਾਈਫਰੀ 3 ਇਅਰ ਕੋਰਸ ਠੀਕ ਆ ਜੀ ਪਲੱਸ ਅ ਰਜਿਸਟ੍ਰੇਸ਼ਨ ਐਜ਼ ਅ ਏ ਡਿਗਰੀ ਨਰਸ ਫਰੋਮ ਐਨੀ ਸੈਂਟਰਲ ਸਟੇਟ ਨਰਸਿੰਗ ਕਾਉਂਸਲ ਵਿਦ ਮਿਨੀਮਮ 1 ਇਅਰ ਐਕਸਪੀਰੀਅੰਸ ਠੀਕ ਹੈ ਜੀ ਜੀਐਨਐਮ ਕੀਤੀ ਹੋਣੀ ਚਾਹੀਦੀ ਹੈ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਤੇ ਇਸੇ ਤਰ੍ਹਾਂ ਬੀਐਸਸੀ ਨਰਸਿੰਗ ਵਾਲੇ ਵੀ ਅਪਲਾਈ ਕਰ ਸਕਦੇ ਆ ਤੇ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਨੋਟ ਕੀਤਾ ਨੋਟ ਦਿੱਤਾ ਜੀ ਇਹਨਾਂ ਨੇ ਕੈਂਡੀਡੇਟ ਵਿਦ ਆਈਸੀਸੀ ਯੂ ਆਪਰੇਸ਼ਨ ਥੀਏਟਰ ਓਬੀ ਡਿਊਟੀ ਐਕਸਪੀਰੀਅੰਸ ਵਿਲ ਬੀ ਪ੍ਰੇਫਰ ਠੀਕ ਹੈ ਜੀ ਬੇਸਿਕ ਕੰਪਿਊਟਰ ਨੌਲੇਜ ਇਜ਼ ਐਸੈਂਸ਼ੀਅਲ ਐਜ਼ ਅ ਨਰਸ ਵਿਲ ਹੈਵ ਟੂ ਐਂਟਰ ਦਾ ਡਿਟੇਲਸ ਆਫ ਦਾ ਪੇਸ਼ੈਂਟਸ ਇਨ ਦਾ ਕੰਪਿਊਟਰ ਸਿਸਟਮ ਸੋ ਤੁਹਾਨੂੰ ਥੋੜੀ ਜੀ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ ਜੀ ਕੰਪਿਊਟਰ ਦੀ ਏਜ ਇਹਨਾਂ ਨੇ ਦਿੱਤੀ ਹੈ ਨੋ ਮੋਰ ਦੈਨ 40 ਇਅਰਸ ਐਜ਼ ਔਨ 19 3 2022 ਠੀਕ ਹੈ ਜੀ ਏਜ ਤੁਹਾਡੀ 40 ਸਾਲ ਤੋਂ ਥੱਲੇ ਹੋਣੀ ਚਾਹੀਦੀ ਹੈ so appointment of the selected candidates will be subject to the following conditions appointment will be made purely on local ad hoc basis only vacancy as and when arises thodi salary rehnal ali hai ji 43000 rupees theek hai ji ah uh, aa dekho per month ਤੇ ਸਿਲੈਕਸ਼ਨ ਵਿਲ ਬੀ ਮੇਡ ਥਰੂ ਵਾਕ ਇਨ ਇੰਟਰਵਿਊ ਸ਼ਡਿਊਲ ਔਨ 23 ਤਰੀਕ ਨੂੰ ਇੰਟਰਵਿਊ ਹੋਵੇਗੀ ਕੈਂਡੀਡੇਟਸ ਆਰ ਐਡਵਾਈਜ਼ਡ ਟੂ ਫਾਰਵਰਡ देयर ਡਿਊਟੀ ਫੀਲਡ ਇਨ ਅਪਲੀਕੇਸ਼ਨ ਅਡਵਾਂਸ ਆਹ ইਮੇਲ ਆਈਡੀ ਹੈ ਜੀ r e c t 2018 n f c gov in 19 ਤਰੀਕ ਤੱਕ ਤੁਸੀਂ ਆਪ ਦਾ ਬਾਇਓ ਡਾਟਾ ਰੈਜ਼ਿਊਮ ਤੇ ਡਾਕੂਮੈਂਟਸ ਭੇਜ ਸਕਦੇ ਹੋ ਠੀਕ ਹੈ ਜੀ ਏ ਲਿਸਟ ਆਫ ਸਿਲੈਕਟਡ ਆ ਦੇਖੋ ਜਿਹੜੇ ਸਿਲੈਕਟ ਹੋਣਗੇ ਕੈਂਡੀਡੇਟਸ ਉਹਨਾਂ ਦੀ ਲਿਸਟ www.nfc.gov.in ਤੇ ਤੁਹਾਨੂੰ ਮਿਲ ਜਾਵੇਗੀ ਇਸ ਵੈਬਸਾਈਟ ਤੇ ਜਾਣੀ ਦੀ ਮਿਲ ਜਾਵੇਗੀ ਸੋ ਮੈਂ ਰਿਕਵੈਸਟ ਕਰਦਾ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰ ਲਓ ਆਪਣੇ ਨੂੰ ਉੱਥੇ ਆਪਾਂ ਪੀਡੀਐਫ ਪ੍ਰੋਵਾਈਡ ਕਰਵਾ ਦਾਂਗੇ ਸੋ ਤੁਸੀਂ ਆਰਾਮ ਨਾਲ ਰੀਡ ਕਰ ਲਿਓ ਤਾਂ ਤੇ ਤੁਹਾਨੂੰ ਵੈਬਸਾਈਟਾਂ ਵੀ ਆਰਾਮ ਨਾਲ ਯਾਦ ਰਹਿ ਜਾਣਗੀਆਂ ਹਾਂਜੀ ਚੱਲਦੇ ਹਾਂ ਜੀ ਸੈਕੰਡ ਨੋਟੀਫਿਕੇਸ਼ਨ ਵੱਲ ਹਾਂਜੀ ਇਹ ਨੋਟੀਫਿਕੇਸ਼ਨ ਵੀ ਉਹੀ ਲਾਸਟ ਡੇਟ ਆ 19 ਉਸੇ ਈਮੇਲ ਤੇ ਭੇਜਣਾ ਪਰ ਇਹ ਨੋਟੀਫਿਕੇਸ਼ਨ ਆ ਜਿਹੜਾ ਇਹ ਕੱਢਿਆ ਗਿਆ ਜੀ ਕੋਟਾ ਪ੍ਰੋਜੈਕਟ ਇਹ ਰਾਜਸਥਾਨ ਦੀ ਪੋਸਟ ਆ ਠੀਕ ਆ ਜੀ ਇਹ ਆਪਣੇ ਪੰਜਾਬ ਵਾਲੇ ਬੱਚੇ ਅਪਲਾਈ ਕਰ ਸਕਦੇ ਆ ਨੇੜੇ ਸੋ ਉਹੀ ਸਾਰੀਆਂ ਕੰਡੀਸ਼ਨਾਂ ਰਹਿਣਗੀਆਂ ਠੀਕ ਆ ਜੀ ਤੇ ਉਨੀ ਹੀ ਸੈਲਰੀ ਰਹੇਗੀ ਠੀਕ ਆ ਜੀ ਤੇ ਉਸੇ ਹੀ ਵੈਬਸਾਈਟ ਤੇ ਉਦਾਂ ਹੀ ਤੁਸੀਂ ਅਪਲਾਈ ਕਰਨਾ ਹੋਵੇਗਾ ਸੋ ਇਹ ਵੀ ਮੇਲ ਨਰਸ ਦੀ ਉਹੀ ਪੋਸਟ ਆ ਜੀ ਇਹ ਦੋਨੋਂ ਮੇਲ ਨਰਸ ਦੀਆਂ ਪੋਸਟਾਂ ਨੇ ਸੋ ਮੇਲ ਨਰਸ ਵਾਲੇ ਵਾਲੇ ਸਨੈਰੀ ਮੌਕਾ ਵਾ ਸੈਲਰੀ ਵੀ 43000 ਬਹੁਤ ਵਧੀਆ ਲੱਗਣ ਵਾਲੀ ਆ ਸੋ ਜਿਹੜੇ ਐਲੀਜੀਬਲ ਕੈਂਡੀਡੇਟ ਨੇ ਉਹ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਆ ਅਪਲਾਈ ਕਰਨ ਲਈ ਕੁਝ ਨਹੀਂ ਕਰਨਾ ਸਿਰਫ ਮੇਲ ਆਈਡੀ ਤੇ ਆਪਣੇ ਡਾਕੂਮੈਂਟਸ ਤੇ ਰੈਜ਼ਿਊਮ ਸੈਂਡ ਕਰਨੇ ਹੋਣਗੇ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਹੋਣਗੇ ਉਹਨਾਂ ਦੀ ਲਿਸਟ ਉਹ ਵੈਬਸਾਈਟ ਤੇ ਪਾ ਦੇਣਗੇ ਸੋ ਉਮੀਦ ਆ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਟੈਲੀਗ੍ਰam ਚੈਨਲ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ